ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਿਸ ਨੇ ਦਿਖਾਈ ਸਖਤੀ। ਬਠਿੰਡਾ ਦੀ ਓਪਨ ਜੇਲ੍ਹ ਵਿੱਚ ਕੀਤਾ ਬੰਦ, 24 ਦੇ ਕਰੀਬ ਬੰਦਿਆਂ ਨੇ ਦਿੱਤਾ ਪਰਚਾ। ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਪੰਜਾਬ ਪੁਲਿਸ ਸਰਦਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਉਹ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਹੱਥ ਜੋੜ ਮਾਫੀਆਂ, ਹੱਥ ਜੋੜ ਮਾਫੀਆਂ, ਹੱਥ ਜੋੜ ਮਾਫੀਆਂ ਮੰਗਦਾ ਆ ਇਹ ਰੁਤਬੇ ਨੇ ਸਰਕਾਰਾਂ ਦੇ, ਸਰਕਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਪੰਜਾਬ ਪੁਲਿਸ ਸਰਦਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਉਹ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਹੱਥ ਜੋੜ ਮਾਫੀਆਂ, ਹੱਥ ਜੋੜ ਮਾਫੀਆਂ, ਹੱਥ ਜੋੜ ਮਾਫੀਆਂ ਮੰਗਦਾ ਆ ਇਹ ਰੁਤਬੇ ਨੇ ਸਰਕਾਰਾਂ ਦੇ, ਸਰਕਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ, ਜਿਹੜਾ ਧੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ। ਬਹੁਤ ਜ਼ਿਆਦਾ ਫੀਲ ਕੀਤੀ ਹੋਈ ਹੈ, ਅਲਟੀਮੇਟਲੀ ਇਨਫੋਰਸਮੈਂਟ ਕਰ, ਫਿਰ ਵੀ ਲੋਕ ਨਹੀਂ ਮੰਨਦੇ ਪਏ ਤਾਂ ਕਰਕੇ ਬਾਹਰ ਨਿਕਲ ਰਹੇ ਹੈ। ਅਤੇ ਇੱਕ ਸਰ ਜਿਹੜੇ ਮੰਦਿਰ ਹੈਗੇ ਅੰਨਪੂਰਨਾ ਮੰਦਿਰ, ਹੋਰ ਵੀ ਮੰਦਿਰ ਨੇ, ਉੱਥੇ ਵੀ ਸੋਸ਼ਲ ਡਿਸਟੈਂਸ, ਲੰਗਰ ਦੇ ਆੜ ਦੇ ਵਿੱਚ ਲੋਕ ਜਿਹੜੇ ਹੈਗੇ ਆ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਨਹੀਂ ਰੱਖਦੇ। ਇਹਨਾਂ ਨੂੰ ਵਾਰ ਵਾਰ ਮੈਂ ਅਪੀਲ ਕੀਤੀ ਹੋਈ ਹੈ, ਵਾਰ ਵਾਰ ਅਪੀਲ ਕੀਤੀ ਹੋਈ, ਹੁਣ ਵੀ ਅਪੀਲ ਕਰਦਾ, ਜੇ ਬੰਦ ਕਰੋ, ਜੇ ਲੰਗਰ ਤੁਸੀਂ ਦੇਣਾ ਹੀ ਹੈ ਤਾਂ ਉਹ ਤੈਅ ਕਰਕੇ ਉਹਨੂੰ ਜੋ ਡਿਊਟੀ ਆ ਉਹਨੂੰ ਵਰਤੋ, ਅਤੇ ਇਕੱਠ ਨਾ ਕਰੋ। ਅਤੇ ਇੱਕ ਸਰ ਛੋਟੇ ਮੋਟੇ ਦੁਕਾਨਦਾਰ ਨੇ, ਉਹਨਾਂ ਦੋ ਥੋੜ੍ਹੇ ਥੋੜ੍ਹੇ ਰੇਟ ਵਧੇ ਹੋਏ ਨੇ, ਉਹਨਾਂ 'ਤੇ ਕੀ ਕਰਾਂਗੇ ਆਪਾਂ? ਜੇ ਕੋਈ ਐਪਲੀਕੇਸ਼ਨ ਦੇਗਾ ਜਾਂ ਕੋਈ ਅਗਰੀਵਡ ਹੈਗਾ ਉਹ ਦੇ ਦਿਓ, ਪਰਚਾ ਦਰਜ ਹੋ ਜਾਵੇਗਾ।